ਕੋਤਿਨ ਉਸ ਰਾਤ ਆਪकी मुलाकात करवाते हैं बंगाली बाबा के साथ। ਸ਼ੂਮ ਸ਼ੜਕ ਪਲਕ ਪਲਕ ਪਲਕ। बाबा ਬੜਾ ਖੁਸ਼ ਇੱਕ ਮਿਟੀ ਚੋਂ ਨਿਕਲੀ ਸੋ। ਲੇਕਿਨ ਕਲਾਮੀਸ ਬੜਾ ਬੈੜਾ ਹੋਇਆ ਹੈ। ਤੇ ਉਹ ਕੀ? ਰਾਤੀ ਡਾਕੂ ਆ ਗਿਆ ਘਰ 'ਚ। ਓਏ ਹੋਏ। बाबा ਸੁੱਤਾ ਸੀ। ਥੱਲੇ ਮੈਂ ਜ਼ਮੀਨ 'ਤੇ ਸੁੱਤਾ। ਪੰਜ ਡਾਕੂ ਜੀ ਬੌਂਸਰ ਨਹੀਂ ਹੁੰਦੇ ਵੱਡੇ। ਅੱਛਾ। ਜੇ ਬੰਦੇ ਚੁੱਕ ਕੇ ਬਾਹਰ ਸੁੱਟਦੇ ਨੇ। ਅੱਛਾ। ਪਹਿਲੇ ਆ ਕੇ ਉਹਨਾਂ ਨੇ ਬਾਬੇ ਨੂੰ ਗੌਰ ਨਾਲ ਵੇਖਿਆ। ਬਾਬਾ ਇੰਜ ਸੌਂਦਾ ਜਿਵੇਂ ਕੱਚੂਕਮਾ ਸੁਕਣੇ ਨਹੀਂ ਪਾਇਆ ਹੁੰਦਾ। ਉਹਦਾ ਹਾਸਾ ਨਿਕਲ ਗਿਆ। ਅੱਜ ਮੇਰੀ ਅੱਖ ਖੁੱਲ ਗਈ ਮੈਂ ਉਹਨਾਂ ਦੀ ਗੱਲਾਂ ਸੁਣ ਰਿਹਾ ਸੀ ਕਹਿੰਦੇ ਬਾਬੇ ਦੇ ਪੈਸੇ ਕਿੱਥੇ ਨੇ ਕੋਈ ਇਹਦੀ ਜੇਬਾਂ ਵੇਖੇ ਕੋਈ ਇਹਦਾ ਸਰਾਣਾ ਵੇਖੇ ਕੋਈ ਅਲਮਾਰੀ ਖੋਲ ਕੇ ਬੈਠਾ ਹੈ ਕੋਈ ਉਸ ਨੁਕਰੇ ਵੇਖਦਾ ਪਿਆ ਹੈ ਕੋਈ ਉਸ ਨੁਕਰੇ ਤੇ ਮੈਂ ਇਹਨਾਂ ਨੂੰ ਵੇਖਾਂ ਅੱਛਾ ਅਖੀਰ ਮਾਇੂਸ ਹੋ ਕੇ ਵਾਪਸ ਜਾਣ ਲੱਗੇ ਮੈਂ ਕਿਹਾ ਪਹਿਲੀ ਵਾਰੀ ਆਏ ਨੇ ਵਿਚਾਰੇ ਖਾਲੀ ਆਪ ਜਾਂਦੇ ਪਏ ਨੇ ਅਰੇ ਉਹਨਾਂ ਨੂੰ ਆਵਾਜ਼ ਪਈ ਮੈਂ ਕਿਹਾ ਭਾਈ ਜੀ ਇੱਧੇ ਆਓ ਕੀ ਲੱਭਦੇ ਪਏ ਹੋ ਕਹਿੰਦੇ ਬਾਬੇ ਦੇ ਪੈਸੇ ਕਿੱਥੇ ਨੇ ਮੈਂ ਉਹਨਾਂ ਨੂੰ ਆਖਿਆ ਬਾਬੇ ਦੇ ਸਿਰ ਦੇ ਥੱਲੇ ਆ ਜੇ ਸਰਾਣਾ ਹੈ ਨਾ ਇਹ ਕੋਈ ਸਰਾਣਾ ਨਹੀਂ ਇਹ ਨੋਟਾਂ ਦੀ ਬੋਰੀ ਏ ਓਏ ਹੋਏ ਹੋਏ ਉਹਨਾਂ ਨੇ ਇਹ ਕੁਝ ਕੀਤਾ ਕਿਆ ਓਏ ਹੋਏ 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 ਅੱਛਾ ਉਹਨਾਂ ਅਖੀਰ ਸਰਾਨਾ ਹੁਣ ਕਿਵੇਂ ਕੱਢੀਏ ਮੈਂ ਕਿਹਾ ਸਰਾਲ ਜੀ ਸੁੱਤੀ ਪਈ ਏ ਇਹਨੂੰ ਬਾਹੋਂ ਨੇਜ਼ੇ ਮਾਰੋ ਇਹਨ ਹਿਲਣਾ ਹੀ ਕੋਈ ਨਹੀਂ ਅਰੇ ਸਰਾਲ ਕੀ ਹੁੰਦੀ ਏ ਜੀ ਸਰਾਲ ਡ੍ਰੈਗਨ ਕੋ ਕਹਿੰਦੇ ਪਹਿਲੇ ਤੋ ਉਹਨਾਂ ਚੁੱਕਣ ਦੀ ਕੋਸ਼ਿਸ਼ ਕੀਤੀ ਬਾਬੇ ਨੂੰ ਏਟਾਸ ਤੋਂ ਮਸ ਨਹੀਂ ਹੋਇਆ ਮੁਰੋ ਨੇ ਇਹਦੀ ਲੱਤਾਂ ਦੇ ਵਿੱਚ ਇੱਕ ਬੰਮ ਚਲਾਇਆ ਬੰਮ ਕੌਨਸਾ ਸੇਬੇ ਵਾਲਾ ਬੰਬ ਨਹੀਂ ਹੁੰਦਾ ਹੋਰ ਉਹਨਾਂ ਨੇ ਐਟਮ ਬੰਬ ਚਲਾਣਾ ਹੀ ਉੱਥੇ ਸੇਬੇ ਵਾਲਾ ਬੰਬ ਵੀ ਇਤਨਾ ਵੱਡਾ ਹੁੰਦਾ ਫਿਰ ਉਹਨੇ ਤੇ ਪੂਰਾ ਮਹੱਲਾ ਉੱਠ ਪੈਂਦਾ ਮਹੱਲਾ ਤੇ ਉੱਠ ਪਿਆ ਸੀ ਨਾ ਇਹ ਨਹੀਂ ਉਠਿਆ ਉਹਨਾਂ ਫਿਰ ਮੇਰੇ ਕੋਲ ਪੁੱਛਿਆ ਕਿ ਭਾਈ ਜੀ ਕੋਈ ਘਰ ਚ ਮਜ਼ਾਇਲ ਹੈ ਮੈਂ ਕਿ ਅੰਨੀ ਦੇ ਬਾਬਾ ਤੋਰੇ-ਬੋਰੇ ਰਹਿੰਦਾ ਹੈ ਬਸ ਉਹ ਫਿਰ ਇੱਕ ਸਾਈਡ ਤੇ ਬਹਿ ਕੇ ਰੋਣ ਲੱਗ ਪਿਆ ਡਾਕੂ ਹਾਂਜੀ ਉਹ ਸਾਰੇ ਡਾਕੂ ਹੋਣ ਬੋਰ ਕਿ ਕੀ ਕਰੀਏ ਇਹ ਉੱਠਦਾ ਹੀ ਨਹੀਂ تھا ਨਹੀਂ ਉঠে ਨਹੀਂ ਮੈਂ ਉਹਨਾਂ ਨਾਲ ਕਿ ਤੁਸੀਂ ਜੁਵੇਲੇ ਬੈਠੇ ਕੋਈ ਕੰਮ ਹੀ ਕਰ ਲੋ ਹੱਡ ਰਾਮੋ ਉਹਨਾਂ ਕੀ ਕਰੀਏ ਮੈਂ ਬਾਬੇ ਦੇ ਸਾਰੇ ਕੱਪੜੇ ਧੋਣ ਡਾਕੂਆਂ ਨੂੰ ਬਾਬੇ ਦੇ ਕੱਪੜੇ ਮੋਗਾਂ ਮੈਂ ਮੱਲੇ ਵਾਲੇ ਤੋਂ ਵੀ ਲੈ ਆਂਦੇ ਬਲਕਿ ਮੈਂ ਐਲਾਨ ਕਰਾਇਆ ਡਾਕੂ ਆਏ ਨੇ ਜਿੰਨੇ ਜਿੰਨੇ ਕੱਪੜੇ ਧੋਣੇ ਨਾ ਆ ਜਾਓ ਚੈਰੀ ਇਹ ਸਿਰ ਚੇਜ਼ਾ ਲੈ ਰਿਹਾ ਕੋਈ ਵਾਕਿਆ ਨਹੀਂ ਹੈ ਬਕਵਾਸ ਕੀ ਚਲਾ ਜਾ ਰਿਹਾ ਸਰ ਉੱਠਦਾ ਜੁ ਨਹੀਂ ਸੀ ਮੈਂ ਐਲਾਨ-ਉਲਾਨ ਕਰਾ ਕੇ ਘਰ ਆਇਆ ਤੇ ਡਾਕੂ ਕੇ ਧੋਤੀਆਂ ਬੰਨੀ ਫਿਰਨ ਮੈਂ ਕਿਹਾ ਡਾਕੂ ਕਿਥੇ ਜਨ ਤੁਸੀਂ ਤਾਂ ਮਛੇਰੇ ਲੱਗਦੇ ਪਾਏ ਹੋ ਅਸੂ ਬਾਦੀ ਉਹਨੇ ਹਾਂਡੀ ਬਣਾਈ ਸਾਡੇ ਘਰ ਦੀ ਇੱਕ ਮਾਲਾ ਡਾਕੂ ਸੀ ਉਹਨੇ ਸਬਜ਼ੀ ਛਿਲਨ ਤੇ ਲਾ ਦਿੱਤਾ ਅੱਛਾ ਉਹ ਡਾਕੂ ਗਿਆ ਨਹੀਂ ਸਾਡੇ ਮੁਲਾਜ਼ਮ ਹੋ ਗਏ ਲੈ ਬਾਬਾ ਨਹੀਂ ਉਟਾ ਬਾਬਾ ਨਹੀਂ ਉਟਿਆ ਉਹਨਾਂ ਕੇ ਭਾਈ ਜੀ ਕੱਪੜੇ ਵੀ ਸਾਰੇ ਦੋ ਦਿੱਤੇ ਨੇ ਹਾਂਡੀ ਵੀ ਬਣਾ ਦਿੱਤੀ ਕੋਈ ਹੋਰ ਕੰਮ ਦੱਸੋ ਮੈਂ ਕਿਹਾ ਨਹੀਂ ਹੁਣ ਤੁਸੀਂ ਦੱਸੋ ਉਹ ਕਹਿੰਦੇ ਸਾਡੇ ਚ ਇੱਕ ਡਾਕੂ ਕੁਸਰਾ ਹੈ ਕੀ ਹੈ ਕੁਸਰਾ 트랜스젠ਡਰ ਫਿਰ ਜੈਂਡਰ ਅੱਧਾ ਘੰਟਾ ਉਸ 트랜스젠ਡਰ ਜੀ ਜੂ ਨੱਚੀਏ ਜੀ ਇਹ ਲਿਓ ਜੀ ਤੇ ਅੱਜ ਦਿਨ ਚੜ ਗਿਆ ਮੈਂ ਉਹਨਾਂ ਸਾਰੇ ਡਾਕੂਆਂ ਨਾਲ ਕਿ ਭਾਈ ਜੀ ਤੁਸੀਂ ਜਾਓ ਇਸ ਜਿਸ ਦਿਨ ਉੱਠਿਆ ਮੈਂ ਤੁਹਾਨੂੰ ਬੁਲਾ ਲਈ ਸੀ ਤੁਹਾਰੀ ਇਤਨੇ ਕਿਉਂ ਮੰਨਤੇ ਰਹੇ ਉਹ ਇਹਦੇ ਬਹਿਨੋਈ ਸੀ ਸਾਰੇ ਇੱਕ ਡਾਕੂ ਦੀ ਦਰਗਾ ਸੀ ਉਹਨੂੰ ਭੁੱਖ ਲੱਗੀ ਮੋਟਾਇਆ ਆਈ ਅੱਛਾ ਉਹਨਾਂ ਜੇਬ ਵਿੱਚ ਨਾ ਕੀਮੇ ਵਾਲਾ ਪਰੌਠਾ ਕੱਢਿਆ ਇੱਕ ਕੁਲ ਕੀਮੇ ਵਾਲਾ ਪਰੌਠਾ ਸੀ ਅੱਛਾ ਇੱਕ ਕੁਲ ਕੁਤਲੰਮਾ ਸੀ ਓਏ ਤੇ ਇੱਕ ਕੁਲ ਮਿੱਠੇ ਪਕੌੜੇ ਮੈਂ ਕਿਹਾ ਭਾਈ ਜੀ ਤੁਸੀਂ ਸ਼ਾਹ ਜਮਾਲ ਤੋਂ ਆਏ ਹੋ ਉਹਨੂੰ ਰੱਖ ਕੇ ਦਿੱਤੀ ਚਪੇੜ ਨੁਕਸਾਨ ਕਿਤਨਾ ਹੋਇਆ? ਕਮੇਟੀ ਨਿਕਲੀ ਬੱਚਾ ਪੂਰੇ 15000 ਤੇ 35 ਰੁਪਏ। ਅੱਛਾ ਇੱਕ ਮਹੀਨੇ ਦੀ ਦਿੱਤੀ ਨਹੀਂ ਸੋ ਉਹਨੇ ਵਿੱਚ ਕਟੌਤੀ ਕੀਤੀ। ਤੇ ਇਹ ਥਾ ਉਹ ਤਕੀਆ ਨੋਟੋ ਦਾ। ਹਾਂਜੀ ਉਹ ਅਸਲ ਜੀ ਗੱਲ ਇਹ ਆ ਬੱਚਾ ਪਈ ਉਹ ਨੋਟਸ ਹੀ ਸਾਰੇ ਦਸਾਂ ਦਸਾਂ ਵਾਲੇ। 10 10 ਰੁਪਏ ਦੇ। ਹਾਂਜੀ ਉਹ ਬਾਬਾ ਤੂੰ ਖੁਸਰਿਆਲ ਕਮੇਟੀ ਪਾਈ ਸੀ। ਇਹ ਕੋਈ ਵਾਕਿਆ ਨਹੀਂ ਥਾ ਇਸਨੇ ਸਿਰਫ ਕਹਾਣੀ ਸੁਣਾਈ ਹੈ ਮੈਂ। ਅੱਛਾ ਇਹ ਅਗਰ 5-7 ਮਿੰਟ ਪਹਿਲੇ ਤੈਨੂੰ ਪਤਾ ਲੱਗ ਜਾਇਆ ਕਰੇ ਪਈ ਵਾਕਿਆ ਨਹੀਂ। ਮੇਰਾ ਖਿਆਲ ਥਾ ਵਾਕਿਆ। ਮੈਂ ਉਸ ਕਦਰ ਜ਼ਲੀਲ ਹੀ ਨਾ ਹੋਵਾਂ। अच्छा सुनाओ यार कमाल है हमारा। प्रक, प्रक, प्रक। <laughs> ए शबाद जी बारे मशहूर है कि पौड़ी चढ़ के सु सू <laughs> मैं मुखबरी शुरू अच्छा अच्छा जी अच्छा जी, अच्छा जी। हमजा के बारे में क्या मशहूर है जी ओ बारे बड़ा मशहूर है बच्चा 85 अरब रुपए दी मनी में भी आ गई है टीवी पे भी चल चुकी तो है खबर

तो इससे ज्यादा प्रूफ और क्या होगा उसको नहीं पैसे दें दे, करो। <laughs> तो बाबा जी को इनाम मिलना चाहिए कोई सोच भी नहीं सकता कि क्या तरीका वारदात है बाबा जी से ज्यादा मैं समझता हूँ तोफी बट को इनाम मिलना चाहिए खबर सुन लो बच्चा ਉਹ ਵੀ ਖਬਰ ਕਸੀਨੋ ਦੇ ਬਾਰੇ ਚ ਹੈ ਕਸੀਨੋ ਤੂੰ ਆਪਣੀ ਫੁੱਫੀ ਵੀ ਆਈ ਹੈ ਹਰ ਗੱਲ ਕਸੀਨੋ ਵਾਲੀ ਸਿੱਧੀ ਗੱਲ ਲੱਸੀ ਹੈ ਵਜ਼ੀਰ ਆਜ਼ਮ ਨੇ ਇੱਕ ਵਜ਼ੀਰ ਆਲਾ ਨੂੰ ਕਹਿ ਕੇ ਐਸ ਸ਼ਖਸ ਨੂੰ ਚੇਅਰਮੈਨ ਲਾ ਦੇ ਕਿਸ ਚੀਜ਼ ਦਾ ਬੋਰਡ ਆਫ ਇਨਵੈਸਟਮੈਂਟ ਦਾ ਇੱਕ ਵਜ਼ੀਰ ਆਲਾ ਵਾਪਸ ਆਇਆ ਬੱਚਾ ਉਹਨੇ ਕਿਹਾ ਵਜ਼ੀਰ ਆਜ਼ਮ ਨੂੰ ਮੈਂ ਆਪ ਸਮਝਾ ਲਾਂਗਾ ਤੁਸੀਂ ਐਸ ਨਵੇਂ ਬੰਦੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿਓ ਯਾਨੀ ਵਜ਼ੀਰ ਆਜ਼ਮ ਨੇ ਕਿਸੇ ਔਰ ਕਾ ਕਹਾ ਵਜ਼ੀਰ ਆਲਾ ਨੇ ਕਿਹਾ ਹੋਰ ਦਾ ਨੋਟੀਫਿਕੇਸ਼ਨ ਜਾਰੀ ਕਰਾਇਆ

ਅੱਛਾ ਇਹ ਫਿਰ ਉੱਥੇ ਕਲੱਬਾਂ 'ਚ ਫਿਰਦੇ ਰਹੇ ਕਸੀਨੋ 'ਚ ਫਿਰਦੇ ਰਹੇ ਇਹ ਜਾਇਜ਼ਾ ਲੈ ਰਹੇ ਸੀ ਕਿ ਇਹਦੇ 'ਚ ਕੋਈ ਟੂਰਿਜ਼ਮ ਹੈ ਵੀ ਜਾਂ ਐਵੇਂ ਗੱਲਾਂ ਹੀ ਬਣੀਆਂ ਲੇਕਿਨ ਇਸ ਪੂਰੀ ਗੁਫ਼ਤਗੂ ਮੇਂ ਮੈਨੂੰ ਸਿਰਫ ਨਾਮ ਬਤਾ ਦਿਓ ਕਿ ਵਜ਼ੀਰ ਅੱਲਾ ਥਾ ਕੌਣ ਉਹ ਗੱਲ ਦੱਸਣਾ ਜੀ ਮੇਰਾ ਵੀ ਚਾਲੀ ਉਹ ਕੀ ਬਾਤ ਥੀ ਉਹ ਯਾਰ ਛੱਡੋ ਯਾਰ ਇਸ ਗੱਲ 'ਚ ਕੀ ਰੱਖਿਆ ਉਹ ਸਰ ਬੜੀ ਮਜ਼ੇਦਾਰ ਗੱਲ ਹੈ ਇਮਾਨ ਬਾਬਾ ਸੁਣਾਉਂਦਾ ਮਜ਼ਾ ਆ ਜਾਂਦਾ ਬਈ ਐਸਾ ਫਨਕਾਰ ਕੋਈ ਹੋਇਆ ਜਿਵੇਂ ਉਹਨੇ ਆਖਿਆ ਹੀ ਨਾ ਉਸੇ ਟਾਈਮ ਪੇ ਸੁਣਾ ਦੇ भई उहो आखे चेयरमैन को साईं इहो पसीनो शसीनो कोई कल्ब शब जो चकर लॻो